ਕਰ ਲੂਗਾ। ਮੈਂ ਲਾਹੌਰ ਸੇ ਆਪਣੀ ਡਿਊਟੀ ਕਰਕੇ ਪ੍ਰਾਈਵੇਟ ਕੰਪਨੀ ਮੈਂ ਜੋਬ ਕਰਦਾ ਹੂੰ, ਲਾਹੌਰ ਸੇ ਗਾਰਾ ਆ ਰਹਾ ਥਾ, ਰਸਤੇ ਮੇਂ ਸ਼ਹੀਨ ਵਿਲਾਸ ਦੂਸਰੇ ਗੇਟ ਕੇ ਕਰੀਬ 125 ਬਾਈਕ ਪੇ ਤੀਨ ਲੜਕੇ ਆਏ ਹੈ ਜਿਨਕੀ ਉਮਰ 18 ਸੇ 20 ਸਾਲ ਹੈ। ਉਹਨੇ 125 ਮੇਰੇ ਸਾਥ ਲਗਾ ਕੇ ਚਲਦੀ ਬਾਈਕ ਸੇ ਮੇਰੀ ਚਾਬੀ ਨਿਕਾਲੀ ਹੈ ਔਰ ਬਾਈਕ ਰੋਕ ਕੇ ਮੁਝੇ ਡਰਾ ਧਮਕਾ ਕੇ ਏਕ ਨੇ ਪਿਸਟਲ ਨਿਕਾਲਾ, ਬੁਲਟ ਚੜਾ ਕੇ ਮੇਰੇ ਦੋਨੋ ਪਾਕਿਟ ਸੇ ਮੋਬਾਈਲ ਨਿਕਾਲੇ ਹੈ, ਏਕ ਹਵਾਵੇ ਅਨ ਰੇਟ ਲਾਈਟ ਹੈ ਮੋਬਾਈਲ, ਦੂਸਰਾ ਨੋਕੀਆ ਗਿਆ ਔਰ ਨਕਦੀ 6010 ਰੁਪਏ ਹੈ। ਉਸਨੇ ਮੇਰਾ ਆਈਡੀ ਕਾਰਡ ਹੈ ਔਰ ਮੈਮਰੀ ਕਾਰਡ ਵਗੈਰਾ ਕੁਛ ਡਾਕੂਮੈਂਟਸ ਹੈ ਉਹ ਸਾਰਾ ਕੁਛ ਉਹਨਾਂ ਨੇ ਛੀਨ ਲਿਆ। ਮੁਝੇ ਡਰਾਇਆ ਧਮਕਾਇਆ, ਮੁਝੇ ਜਾਨ ਕਾ ਖਤਰਾ ਥਾ, ਮੈਨੇ ਆਪਣੀ ਜਾਨ ਬਚਾਨੇ ਕੇ ਲੀਏ ਮੈਂ ਮਜ਼ਾਮਤ ਨਹੀਂ ਕਰ ਸਕਾ। ਮੇਰੀ ਡੀ ਪੀ ਓ ਸ਼ੇਖੂਪੁਰਾ ਸਾਹਿਬ ਸੇ ਗੁਜ਼ਾਰਿਸ਼ ਹੈ ਕਿ ਇਸਕਾ ਨੋਟਿਸ ਲਿਆ ਜਾਏ ਔਰ ਮੇਰੇ ਨੁਕਸਾਨ ਕਾ ਅਜਾਲਾ ਕੀਆ ਜਾਏ, ਮੈਂ ਆਪਕਾ ਬਹੁਤ ਸ਼ੁਕਰਗੁਜ਼ਾਰ ਹੂੰਗਾ। ਔਰ ਯੇ ਇਸ ਤਰ੍ਹਾਂ ਕੇ ਹਾਲਾਤ ਮੇਂ ਹੈ। ਆਪਕਾ ਨਾਮ ਕਿਆ ਔਰ ਕਹਾਂ ਰਹਤੇ ਹੈਂ ਆਪ? ਮੇਰਾ ਨਾਮ ਅਲਤਾਫ ਹੁਸੈਨ ਹੈ, ਮੈਂ ਨਿੱਕੀ ਕਾ ਰਿਹਾਇਸ਼ੀ ਹੂੰ, ਜਾਮੀਆ ਮਸਜਿਦ ਕੇ ਕਰੀਬ ਮੇਰੀ ਰਿਹਾਇਸ਼ ਹੈ, ਅਲਤਾਫ ਹੁਸੈਨ ਵਾਲ ਮੁਹੰਮਦ ਯੂਨਸ।